ਇਹ ਗਾਣੇ ਨੂੰ ਇਹ ਗੱਲਾਂ ਨੂੰ ਜ਼ਰੋਗੇ ਕਿਵੇਂ ਓਏ ਮਰੇ ਬੰਦੇ ਤੇ ਪਰਚਾ ਕਰੋਗੇ ਕਿਵੇਂ ਓਏ ਹੋਏ ਓ ਯਾਰ ਲੂ ਗੰਡੇ ਖੜੇ ਹੋ ਗਏ ਜੀ ਯਾਰ ਸਾਰਿਆਂ ਨੂੰ ਸਾਡੇ ਦੋਵਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਸ ਵਾਈ ਐਲ ਗਾਣਾ ਹਾਂਜੀ ਐਸ ਵਾਈ ਐਲ ਸਹੀ ਸੁਣਿਆ ਜੀ ਸਿੱਧੂ ਮੂਸੇਵਾਲੇ ਦਾ ਗਾਣਾ ਜਿਹਨੂੰ ਜਿਸ ਗਾਣੇ ਦੀ ਸਾਰਿਆਂ ਨੂੰ ਬੇਸਬਰੀ ਨਾਲ ਵੇਟ ਸੀ ਉਹ ਗਾਣਾ ਆ ਗਿਆ ਅਤੇ ਆਪਾਂ ਜਿਹੜਾ ਲਾਈਵ ਤੁਹਾਡੇ ਸਾਹਮਣੇ ਸੁਣਨ ਲੱਗੇ 3 2 1 ਐਸ ਵਾਈ ਐਲ ਪੜੀ ਓਏ ਕਿਆ ਬਾਤ ਹੈ ਯਾਰ ਤੂੰ ਪੁਕਾ ਨਹੀਂ ਦਿੰਦੇ ਕਿਆ ਬਾਤ ਹੈ ਕਿਆ ਬਾਤ ਹੈ ਗੱਲ ਕੀਤੀ ਪੰਜਾਬ ਦੀ ਅਸਲ 'ਚ ਪੰਜਾਬ ਜਿਹੜਾ ਪਹਿਲੋਂ ਹਰਿਆਣਾ ਹਿਮਾਚਲ ਪੰਜਾਬ ਇੱਕ ਹੁੰਦੇ ਸੀ ਨਾ ਰਿਹਾਈ ਦੇ ਦਿਓ ਕਿਆ ਬਾਤ ਹੈ ਤੂੰ ਪੁੱਕਾ ਨਹੀਂ ਦਿੰਦੇ ਕਿਆ ਬਾਤ ਹੈ ਸਿਰਾ ਕਰਾਤੀ ਓਏ ਇੱਥੇ ਰੱਖ ਖਾਪੀ ਪਾਣੀ ਛੱਡੋ ਗੱਲ 75 ਦੀ ਲੈ ਕੇ ਗਿਆ ਮੁੰਡਾ ਜੋ ਜੋ ਚੱਲ ਰਿਹਾ ਕਿਹੜਾ ਕਿਹੜਾ ਮਾਰਚ ਹੋਇਆ ਸਭ ਕੁਝ ਦੱਸ ਰਿਹਾ ਗਾਣੇ ਦੇ ਵਿੱਚ ਬਕਾਇਦਾ ਤੁਸੀਂ ਵੀਡੀਓ ਵੇਖਿਓ ਟਾਈਮਿੰਗ ਵੀ ਸ਼ੋਅ ਕੀਤੀ ਆ ਦੋਗਲਾ ਪਾਣੀ ਛੱਡਣਾ ਪੈਂਦਾ ਆ ਇਹ ਦੋਗਲਾ ਕਿਹਨੂੰ ਗਿਆ ਸਾਰਿਆਂ ਨੂੰ ਪਤਾ ਆ ਸਭ ਨੂੰ ਪਤਾ ਆ ਸਿਰਾ ਕਰਾ ਗਿਆ ਬਾਬੇ ਯਾਰ ਇਕੱਲੀ ਇਕੱਲੀ ਕਰਦੇ ਯਾਰ ਜੋ 2004 ਦੇ ਐਗਰੀਮੈਂਟ ਹੋਏ ਸੀ 1966 ਦੀਆਂ ਗੱਲਾਂ ਚੱਲ ਰਹੀਆਂ ਸਭ ਇਕੱਲੀ ਇਕੱਲੀ ਗੱਲ ਕਰ ਗਿਆ ਸਿਰਾ ਕਰਾ ਗਿਆ ਬਾਬੇ ਯਾਰ ਐਂਡ ਕਰਾ ਗਿਆ ਮੁੰਡਾ ਯਾਰ ਲੂ ਗੰਢੇ ਖੜੇ ਹੋ ਗਏ ਜੀ ਯਾਰ ਸੁਣਿਓ ਦੁਬਾਰਾ ਸੁਣਿਓ ਜਟਾਣਾ ਤੁਪਕਾ ਨਹੀਂ ਦਿੰਦੇ ਕਿਆ ਬਾਤ ਹੈ ਯਾਰ ਯਾਰ ਐਂਡ ਆ ਕੰਮ ਯਾਰ ਸਿਰਾ ਕਰਾ ਗਿਆ ਮੁੰਡਾ ਇਹ ਗਾਣਾ ਆਉਣ ਤੋਂ ਪਹਿਲਾਂ ਨਾ ਇੱਕ ਨਾ ਪੋਸਟਰ ਦੇ ਥੱਲੇ ਇੱਕ ਕਮੈਂਟ ਵਾਇਰਲ ਹੋਇਆ ਸੀ ਕਿ ਇਹ ਗਾਣੇ ਨੂੰ ਇਹ ਗੱਲਾਂ ਨੂੰ ਜ਼ਰੋਗੇ ਕਿਵੇਂ ਓਏ ਮਰੇ ਬੰਦੇ 'ਤੇ ਪਰਚਾ ਕਰੋਗੇ ਕਿਵੇਂ ਅਤੇ ਮੈਂ ਉਹ ਗਾਣਾ ਸੁਣ ਕੇ ਹੀ ਪਤਾ ਲੱਗਾ ਯਾਰ ਉਹ ਇਕੱਲੀ ਇਕੱਲੀ ਜਿਹੜੀ ਆ ਸ਼ੁਰੂ ਤੋਂ ਲੈ ਕੇ ਜੋ ਅੱਜ ਤੱਕ ਹੁੰਦਾ ਆ ਰਿਹਾ ਉਹਦੀ ਗੱਲ ਕਰ ਗਿਆ ਯਾਰ ਬੰਦਾ ਅਤੇ ਵੇਖ ਲਓ ਜਿਹੜਾ ਬੰਦਾ ਜਿਉਂਦੇ ਜੀ ਨਹੀਂ ਇਹਨਾਂ ਕੋਲ ਚੱਲਿਆ ਜਾਂਦਾ ਅਤੇ ਮਰ ਕੇ ਵੀ ਜਿਹੜਾ ਆ ਬੰਦਾ ਚੀਕਾਂ ਕਢਾਉਣ ਡਿਆ ਚੀਕਾਂ ਮਤਲਬ ਵਰਡਸ ਹੀ ਹੈ ਨਹੀਂ ਯਾਰ ਬੋਲਣ ਵਾਸਤੇ ਯਾਰ ਅਸਲ 'ਚ ਸਾਨੂੰ ਵੀ ਨਹੀਂ ਪਤਾ ਐਸ ਵਾਈ ਐਲ ਬਾਰੇ ਵੇਖ ਲਓ ਚਲੋ ਇੱਦਾਂ ਹੀ ਪਤਾ ਲੱਗਦਾ ਆ ਪੰਜਾਬ ਦੇ ਅਸਲ 'ਚ ਨੌਜਵਾਨ ਪੀੜ੍ਹੀ ਨੂੰ ਕਿਸੇ ਨੂੰ ਪਤਾ ਹੀ ਨਹੀਂ ਯਾਰ ਐਸ ਵਾਈ ਐਲ ਗਾਣਾ ਆਉਣ ਦੇ ਕਰਕੇ ਹੀ ਜਿਹੜਾ ਮੈਂ ਸਟੱਡੀ ਕੀਤੀ ਕਿ ਐਸ ਵਾਈ ਐਲ ਅਸਲ 'ਚ ਹੈ ਕੀ ਚੀਜ਼ ਆ ਕਿਉਂ ਆ ਕੀ ਹਿਸਾਬ ਤਾਂ ਕੀ ਆ ਜਿਹੜਾ ਇੰਨਾ ਮੁੱਦਾ ਚੁੱਕਿਆ ਗਿਆ ਯਾਰ
ਇਹ ਲੋੜ ਵਾ ਅੱਜ ਕੱਲ੍ਹ ਸਾਰਿਆਂ ਨੂੰ ਜਿਹੜਾ ਪੜ੍ਹਨ ਦੀ ਕਰੋ, ਇੰਟਰਸਟ ਲਓ ਇਹਨਾਂ ਚੀਜ਼ਾਂ ਦੇ ਵਿੱਚ ਕਿ ਕਦੋਂ ਕਿਉਂ ਜਿਹੜਾ SYL ਦਾ ਜਿਹੜਾ ਸਾਡਾ ਜਿਹੜਾ ਪੰਜਾਬ ਦਾ ਪਾਣੀ ਬਾਹਰ ਹੋਰਾਂ ਜਿਹੜੇ ਆ ਸਟੇਟਾਂ ਦੇ ਵਿੱਚ ਜਾਣ ਦੀ ਜਿਹੜੀ ਇਹ ਸਾਜਿਸ਼ ਕੀਤੀ ਜਾ ਰਹੀ ਹੈ, ਖੋਹਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। 75% ਪਾਣੀ ਤਾਂ ਪਹਿਲਾਂ ਹੀ ਖੋਲਿਆ ਗਿਆ, ਜਿਹੜਾ 25% ਰਹਿੰਦਾ ਹੁੰਦਾ ਉਹ ਵੀ ਖੋਹਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਇਹ ਚੀਜ਼ਾਂ ਪੜ੍ਹੋ, ਪਤਾ ਹੋਣੀਆਂ ਚਾਹੀਦੀਆਂ ਆਪਾਂ ਨੂੰ ਸਾਰਿਆਂ ਨੂੰ ਕਿ ਜਟਾਣਾ ਸਾਹਿਬ ਰਵਿੰਦਰ ਸਿੰਘ ਜਟਾਣਾ ਕੌਣ ਆ, ਸਭ ਕੁਝ ਪਤਾ ਹੋਣਾ ਚਾਹੀਦਾ ਯਾਰ। ਇਹ ਸਾਨੂੰ ਕਰਨਾ ਪੈਣਾ, ਕੁਝ ਨਾ ਕੁਝ ਪੜ੍ਹਨਾ ਪੈਣਾ ਆ। ਸੋ ਬਾਕੀ ਐਂਡ ਕਰਾ ਗਈ ਇਹ ਗਾਣੇ ਨੂੰ, ਨੰਬਰ 1 ਤੇ ਲੈ ਆਓ ਗਾਣੇ ਨੂੰ, ਤਾਂ ਕਿ ਹਰ ਇੱਕ ਦੇ ਕੰਨਾਂ 'ਚ ਇਹ ਗਾਣਾ ਵੱਜੇ ਅਤੇ ਹਰ ਇੱਕ ਨੂੰ ਪਤਾ ਹੋਏ ਇਸ ਗਾਣੇ ਦੇ ਇਕੱਲੇ ਇਕੱਲੇ ਲਫਜ਼ ਦੇ ਬਾਰੇ। ਬਸ ਇੰਨਾ ਹੀ ਕਹਾਂਗੇ ਸਾਡੇ ਦੋਵਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿਰਾਗਰ ਆ ਗਿਆ ਯਾਰ।